ਲੈਂਡਰਸ ਸੋ ਵੈਲਕਮ ਕਰਦੇ ਜੀ ਸਰ ਟਿੰਨਾ ਦਾ ਪਹਿਲੀ ਗੱਲ ਬਹੁਤ ਸੋਹਣੇ ਲੱਗ ਰਹੇ ਹੋ ਸਭ ਤੋਂ ਪਹਿਲੀ ਗੱਲ ਵੀ ਦਿਲੋਂ ਥੈਂਕਸ ਹੈ ਤੁਹਾਡਾ ਵੀ ਤੁਸੀਂ ਸਾਡਾ ਨਾਮ ਠੀਕ ਲਿੱਤਾ ਦਾ ਲੈਂਡਰਸ ਹੀ ਹੈ ਸਾਡਾ ਨਾਮ ਠੀਕ ਹੈ ਜੀ ਦਿਲੋਂ ਫੈਨ ਹਾਂ ਤੁਹਾਡੀ ਤਾਂ ਮੈਨੂੰ ਪਤਾ ਲੈਂਡਰਸ ਹੈ ਠੀਕ ਹੈ ਠੀਕ ਥੈਂਕ ਯੂ ਚਲੋ ਜ਼ਿਆਦਾ ਸਮਾਂ ਨਹੀਂ ਲਵਾਂਗੇ ਤੁਹਾਡਾ ਸੋ ਪਹਿਲੀ ਗੱਲ ਦੋ ਲੈਂਡਰਸ ਅਗਰ ਲੈਂਡਰਸ ਨਹੀਂ ਹੁੰਦੇ ਤਾਂ ਕੀ ਹੁੰਦੇ ਇੱਕ ਇੱਕ ਕਰਕੇ ਬੋਲਿਓ ਬਟ ਪਰਟੀਕੂਲਰ ਆਨਸਰ ਦਿਓ ਅਸੀਂ ਤਿੰਨੋਂ ਇੱਕ ਬੈਂਕ 'ਚ ਲੱਗੇ ਹੁੰਦੇ ਇਕੱਠੇ ਕਿਉਂਕਿ ਅਸੀਂ ਤਿੰਨੋਂ ਕਮਰਸ ਸਟੂਡੈਂਟ ਹਾਂ ਮੇਰੀ ਐਮਕਾਮ ਚੱਲ ਰਹੀ ਹੈ ਬਾਈ ਦੀ ਹੋ ਚੁੱਕੀ ਹੈ ਇਹਦੀ ਬੀਕਾਮ ਹੋ ਚੁੱਕੀ ਹੈ ਤਾਂ ਬੈਂਕ 'ਚ ਨੌਕਰੀ ਮਿਲ ਰਹੀ ਸੀ ਤਾਂ ਰਹਿੰਦੇ ਜੋ ਵੀ ਗਲਤ ਬਣਦੀ ਹੈ ਵੀ ਸਾਨੂੰ ਪਤਾ ਚਲੋ ਚਲੋ ਹੋਰ ਗੁਰੀ ਤੁਹਾਡੇ ਸਭ ਤੋਂ ਕਲੋਸ ਕੌਣ ਹੈ ਦੋਨਾਂ 'ਚੋਂ ਦੋਨੇ ਨੇ ਜੀ ਨਹੀਂ ਇੱਕ ਦੱਸਣਾ ਨਹੀਂ ਮੈਂ ਕਰ ਨਹੀਂ ਸਕਦਾ ਉਹ ਚੀਜ਼ ਜੀ ਮਤਲਬ ਮੈਨੂੰ ਮੈਂ ਰਿਐਲਿਟੀ ਦੱਸ ਰਿਹਾ ਵੀ ਦੋਨੇ ਨੇ ਬਟ ਹਾਂ ਮੈਨੂੰ ਪਹਿਲਾਂ ਸੁੱਖ ਬਾਈ ਮਿਲਿਆ ਸੀਗਾ ਠੀਕ ਹੈ ਤੇ ਡੈਵੀ ਨਾਲ ਮੇਰੀ ਮੁਲਾਕਾਤ ਬਾਅਦ 'ਚ ਹੋਈ ਹੈ ਤੇ ਬਟ ਹੌਲੀ ਹੌਲੀ ਉਹ ਸਾਰਾ ਬੈਲੈਂਸ ਹੋ ਗਿਆ ਬਟ ਹੁਣ ਜੋ ਨੇ ਬਸ ਇਹ ਦੋ ਹੀ ਨੇ ਇਹਨਾਂ ਤੋਂ ਲਾਵਾ ਕੁਛ ਨਹੀਂ ਚਲੋ ਦੈਟਸ ਗੁੱਡ ਓ ਮਾਈ ਗੋਡ ਫਿਊਚਰ ਪਲੈਨਿੰਗ ਚਲੋ ਕੋਈ ਗੱਲ ਨਹੀਂ ਓਕੇ ਸੋ ਸੁਖ ਤੁਹਾਡੀ ਲਾਈਫ 'ਚ ਬਹੁਤ ਕੋਈ ਇਨਸਪਾਇਰਿੰਗ ਪਰਸਨ ਜਿਹੜਾ ਤੁਹਾਨੂੰ ਲੱਗਿਆ ਹੋਵੇ ਤੁਹਾਡੀ ਪਰਸਨਲ ਲਾਈਫ 'ਚ ਕਿਸ ਕੋਈ ਹੀਰੋ ਕੋਈ ਕੁਛ ਨਹੀਂ ਪਰਸਨਲ ਲਾਈਫ 'ਚ ਦੇਖੋ ਪਰਸਨਲ ਲਾਈਫ 'ਚ ਹਰੇਕ ਦੇ ਪਰਸਨਲੀ ਤਾਂ ਫਾਦਰ ਹੀ ਹੁੰਦੇ ਨੇ ਹੈ ਨਾ ਜਿਹਨਾਂ ਨਾਲ ਸ਼ੁਰੂ ਤੋਂ ਸਿੱਖਣ ਨੂੰ ਮਿਲਦਾ ਹੈ ਨਾ ਅਤੇ ਮੇਰੇ ਫਾਦਰ ਸਾਹਿਬ ਤਾਂ ਹੈ ਵੀ ਫਰੈਂਡ ਟਾਈਪ ਅਤੇ ਉਹ ਫਿਰ ਸੋਨੇ 'ਤੇ ਸੁਹਾਗਾ ਹੋ ਜਾਂਦਾ ਠੀਕ ਹੈ ਉਹਨਾਂ ਨੇ ਇੰਸਪਾਇਰ ਕੀਤਾ ਉਹਨਾਂ ਨੇ ਹਮੇਸ਼ਾ ਰੱਖਿਆ ਮੀਨਸ ਥਾਪੜਾ ਹੁੰਦਾ ਨਾ ਕਿ ਕਰੀ ਚੱਲੋ ਬਸ ਕੁਛ ਨਾ ਕੁਛ ਕਰੀ ਚੱਲੋ ਬਸ ਹਾਂਜੀ ਉਹ ਸਾਰਾ ਕੁਛ ਘਰੇ ਛੱਡ ਛੱਡਾ ਕੇ ਆਇਆ ਸੀ ਉਹ ਤੋਂ ਬਾਅਦ ਉਹਨਾਂ ਨੇ ਸਾਨੂੰ ਇੰਨਾ ਵਧੀਆ ਪੜ੍ਹਾਇਆ ਲਿਖਾਇਆ ਅਤੇ ਹੁਣ ਤੱਕ ਸਭ ਕੁਛ ਵਧੀਆ ਦੇ ਰਹੇ ਨੇ ਅਤੇ ਜੇ ਪ੍ਰੋਫੈਸ਼ਨਲੀ ਹਟ ਕੇ ਕੋਈ ਹੈਗਾ ਤਾਂ ਬੰਦਾ ਮਤਲਬ ਫਾਦਰ ਸਾਹਿਬ ਹੀ ਨੇ ਜੀ ਕਾਫੀ ਉਹਨਾਂ ਨੇ ਮਿਹਨਤ ਕੀਤੀ ਹੈ ਮਤਲਬ ਆਪਣੇ ਪਰਿਵਾਰ 'ਚੋਂ ਪਿੰਡ ਤੋਂ ਉੱਠ ਕੇ ਆਏ ਉਹਨਾਂ ਨੇ ਸਾਰਾ ਮੈਨੂੰ ਹੁਣ ਚੰਡੀਗੜ੍ਹ 'ਚ ਪੜ੍ਹਾਇਆ ਜਾਂ ਜਿੱਦਾਂ ਵੀ ਹੈ ਬਟ ਇੰਨਾ ਸ਼ੁਕਰਾਨਾ ਵੀ ਸਟੱਡੀ ਤੋਂ ਇਲਾਵਾ ਹੁਣ ਮੈਂ ਇਸ ਕੰਮ 'ਚ ਪਿਆ ਤਾਂ ਉਹਨਾਂ ਨੇ ਕਦੇ ਰੋਕਿਆ ਨਹੀਂ ਹੈਗਾ ਵੀ ਇਹ ਚੀਜ਼ ਨਾ ਕਰ ਤਾਂ ਦਿਲੋਂ ਇਸ ਚੀਜ਼ ਦੀ ਰਿਸਪੈਕਟ ਹੈ ਉਹਨਾਂ ਵਾਸਤੇ ਬਹੁਤ ਇੱਥੇ ਤੁਸੀਂ ਯੂਜ਼ਲੀ ਪਰਫਾਰਮ ਕੀਤਾ ਹੋਣਾ ਭੰਗੜਾ ਮੈਂ ਸੁਣਿਆ ਤਿੰਨੋਂ ਬਹੁਤ ਅੱਛਾ ਕਰਦੇ ਹੋ ਸੋ ਫਸਟ ਟਾਈਮ ਮੈਨੂੰ ਲੱਗਦਾ UIT ਵਿੱਚ ਪਰਫਾਰਮ ਕਰ ਰਹੇ ਤੁਸੀਂ ਹਾਂਜੀ ਹਾਂ ਔਰ ਐਜ਼ ਅ ਆਫੀਸ਼ੀਅਲੀ ਆਫੀਸ਼ੀਅਲੀ ਐਜ਼ ਅ ਸੈਲੀਬ੍ਰਿਟੀਜ਼ ਪਰਫਾਰਮ ਕਰ ਰਹੇ ਸੈਲੀਬ੍ਰਿਟੀ ਨਹੀਂ ਪਤਾ ਜੀ ਬਟ ਆਫੀਸ਼ੀਅਲੀ ਨਹੀਂ ਸੈਲੀਬ੍ਰਿਟੀ ਸਾਡੇ ਲਈ ਤਾਂ ਸੈਲੀਬ੍ਰਿਟੀ ਕੋਈ ਗੱਲ ਨਹੀਂ ਹੁਣ ਕੁਝ ਡਿਫਰੈਂਸ ਦੱਸੋ ਓਵਰਆਲ ਐਕਸਪੀਰੀਅੰਸ ਤੇ ਅੱਜ ਵਾਲਾ ਐਕਸਪੀਰੀਅੰਸ ਆ ਨਹੀਂ ਹੁੰਦਾ ਸੀ ਬਸ ਉਦੋਂ ਅੱਛਾ ਇਹ ਸਭ ਨਹੀਂ ਉਦੋਂ ਹੀ ਹੁੰਦਾ ਸੀ ਬਸ ਭਾਜੀ 5 ਮਿੰਟ ਦੇ ਦਿਓ ਬਸ ਭਾਜੀ ਸਿਰ 5 ਮਿੰਟ ਦੇ ਦਿਓ ਸਿਰ ਬਾਅਦ ਦੀ ਹੁਣ ਬੰਦੇ ਦੀ ਕੋਈ ਪਹਿਚਾਣੇ ਕੋਈ ਐਪਰੀਸ਼ੀਏਟ ਕਰੇ ਕੋਈ ਫੋਟੋਆਂ ਖਿਚਾਉਂਦੇ ਉਸ ਤੋਂ ਵੱਡੀ ਚੀਜ਼ ਕਿਆ ਹੋਏਗੀ ਹਨਾ ਤੇ ਪਰਸਨਲ ਲਾਈਫ ਦੇਖੋ ਜਦ ਤੁਸੀਂ ਪ੍ਰੋਫੈਸ਼ਨਲ ਹੋ ਗਏ ਨਾ ਫਿਰ ਪਰਸਨਲ ਕਿਤੇ ਨਾ ਕਿਤੇ ਘੱਟਦੀ ਹੀ ਹੈ ਠੀਕ ਹੈ ਉਹ ਚੇਂਜ ਹੈ ਚੇਂਜ ਤਾਂ ਆਉਣਾ ਹੀ ਆਉਣਾ ਚੇਂਜ ਜ਼ਰੂਰੀ ਵੀ ਹੁੰਦਾ ਠੀਕ ਹੈ ਬਾਕੀ ਆਪਣੇ ਤੇ ਆ ਕਿ ਬੈਲੈਂਸ ਕਿੱਦਾਂ ਕਰਦਾ ਬੰਦਾ ਕਿੱਦਾਂ ਆਪਣੇ ਫੈਮਿਲੀ ਨੂੰ ਟਾਈਮ ਦਿੰਦਾ ਕਿੱਦਾਂ ਆਪਣੇ ਫਰੈਂਡਸ ਨੂੰ ਟਾਈਮ ਦਿੰਦਾ ਕਿੱਦਾਂ ਆਪਣੇ ਪ੍ਰੋਫੈਸ਼ਨ ਨੂੰ ਟਾਈਮ ਦਿੰਦਾ ਦੂਜਾ ਮਤਲਬ ਮੈਨੇਜਮੈਂਟ ਸਿੱਖਦੇ ਅਸੀਂ ਆਲਰੇਡੀ ਤਿੰਨ ਜੇ ਸਾਨੂੰ ਹੋਰ ਕਿਸੇ ਕੋਲ ਉਦਾਂ ਕਰਨ ਦੀ ਲੋੜ ਨਹੀਂ ਪੈਂਦੀ ਇੱਕ ਦੂਜੇ ਨਾਲ ਹੀ ਰਹੀਦਾ ਬਸ ਆਹੀ ਪ੍ਰੋਫੈਸ਼ਨ ਹੈ ਆਹੀ ਫੈਮਿਲੀ ਹੈ ਬਸ ਆਹੀ ਪਰਸਨਲ ਲਾਈਫ ਆਹੀ ਪਰਸਨਲ ਹੈ ਹਾਂਜੀ ਦੇਖੋ ਜੀ ਧਮਾਕੇ ਤਾਂ ਪਾਵਾਂਗੇ ਹੁਣ ਜੇ ਸ਼ੁਰੂ ਤੋਂ ਆਦਤ ਪਈ ਹੈ ਵੀ ਧਮਾਕੇ ਪਾਣੇ ਆ ਤਾਂ ਫਿਰ ਪਾਵਾਂਗੇ ਦੋ ਤਿੰਨ ਪ੍ਰੋਜੈਕਟ ਤਿਆਰ ਕੀਤੇ ਹੋਏ ਨੇ ਬਟ ਉਹਨਾਂ 'ਚੋਂ ਡਿਸਾਈਡ ਕਰਨਾ ਵੀ ਕਿਹੜਾ ਕਰੀ ਕਿਉਂਕਿ ਬੰਦਾ ਪਜ਼ਲ ਹੋ ਜਾਂਦਾ ਵੀ ਜਦੋਂ ਆਪਣਾ ਪਹਿਲਾਂ ਲੰਡਰ ਗਾਣਾ ਆਇਆ ਫਿਰ ਜੇਲ੍ਹ ਫਿਲ ਆਇਆ ਫਿਰ ਕਿੰਗ ਕੁਈਨ ਨਾਲ ਐਲਬਮ ਜਿਹਦੇ 'ਚੋਂ ਆਲਮੋਸਟ ਸਾਰੇ ਸੌਂਗਸ ਲੋਕਾਂ ਨੇ ਸੁਣੇ ਠੀਕ ਹੈ ਤੇ ਹੁਣ ਉਹ ਬੰਦੇ ਦੇ ਦਿਮਾਗ 'ਚ ਟੈਨਸ਼ਨ ਹੋ ਜਾਂਦੀ ਵੀ ਯਾਰ ਅਗਲੀ ਚੀਜ਼ ਹੁਣ ਲੋਕ ਐਕਸਪੈਕਟ ਕਰਦੇ ਨੇ ਸਾਡੇ ਤੋਂ ਵੀ ਚੀਜ਼ ਮਾੜੀ ਨਾ ਦੇਣ ਠੀਕ ਹੈ ਤੇ ਲੋਕਾਂ ਨੇ ਇੱਕ ਵਾਰੀ ਸੁਣਨਾ ਉਹਨਾਂ ਨੇ ਹਾਂ ਜਾਂ ਨਾ ਕਹਿਣਾ ਤੇ ਸਾਡੀ ਸਿਰਦਰਦੀ ਹੈ ਵੀ ਅਸੀਂ ਉਹਨਾਂ ਨੂੰ ਵਧੀਆ ਦੇਣਾ ਹੈ ਮਾੜਾ ਬਟ
ਸਾਡੀ ਇਹੀ ਕੋਸ਼ਿਸ਼ ਹੈ ਵੀ ਅਸੀਂ ਉਹਨੂੰ ਵਧੀਆ ਕਰੀਏ, ਵਧੀਆ ਕਰਨ ਵਾਸਤੇ ਥੋੜਾ ਟਾਈਮ ਲੱਗ ਰਿਹਾ, ਬਟ ਜਿਹੜੀ ਚੀਜ਼ ਕਰਾਂਗੇ ਜਲਦੀ ਆਊਗੀ ਤੇ ਬਹੁਤ ਵਧੀਆ ਆਊਗੀ, ਧਮਾਕਾ ਹੀ ਹੋਊਗਾ। ਮੈਂ ਬਹੁਤ ਈਗਰਲੀ ਵੇਟ ਕਰ ਰਹੀ ਹਾਂ ਕਿ ਦ ਲੈਂਡਰਸ ਹੈ ਨਾ ਕੋਈ ਰੋਮਾਂਟਿਕ ਟਰੈਕ ਆਵੇ। ਹਾਏ ਨਹੀਂ ਕਰਾਂਗੇ ਕਰਾਂਗੇ। ਇੱਕ ਆਰਟਿਸਟ ਦੀ ਨਿਸ਼ਾਨੀ ਹੁੰਦੀ ਹੈ, ਆਰਟਿਸਟ ਤਾਂ ਹੀ ਮੰਨਿਆ ਜਾਂਦਾ ਹੈ ਜੇ ਉਹ ਸਾਰੀਆਂ ਚੀਜ਼ਾਂ ਕਰ ਸਕਦਾ ਹੋਵੇ। ਹੁਣ ਵਰਸਟਾਈਲ, ਹਾਂਜੀ ਬਾਈ ਲਿਖਦਾ ਹੈ, ਇਟ ਡਜ਼ਨਟ ਮੀਨ ਕਿ ਬਾਈ ਸਿਰਫ ਕਾਮਿਕ ਵੇਚ ਹੀ ਲਿਖਦਾ ਹੋਊਗਾ, ਬਾਈ ਬਹੁਤ ਸਿਆਣੀਆਂ ਚੀਜ਼ਾਂ ਵੀ ਲਿਖਦਾ ਹੈ, ਬਾਈ ਰੋਮਾਂਟਿਕ ਵੀ ਲਿਖਦਾ ਹੈ, ਸਾਰਾ ਕੁਝ ਕਰਾਂਗੇ ਟਾਈਮ ਦੇ ਹਿਸਾਬ ਨਾਲ। ਇੱਕ ਵਾਰੀ ਜਿਹੜੀ ਚੀਜ਼ 'ਚ ਵੜਿਆ, ਹੁਣ ਜੋ ਸਾਡੀ ਚੀਜ਼ ਹੈ ਕਾਮਿਕ ਚੀਜ਼ ਕਰਦੇ ਹਾਂ ਅਸੀਂ, ਉਹਦੇ 'ਚ ਪਰਫੈਕਟ ਹੋ ਜਾਈਏ, ਹੌਲੀ ਹੌਲੀ ਜਿਹੜੀ ਤੁਹਾਡੀ ਚਾਹਤ ਹੈ ਉਹ ਵੀ ਪੂਰੀ ਕਰ ਦਾਂਗੇ। ਕੋਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਨੋਮੀਨੇਸ਼ਨਸ ਲਈ, ਉਹ ਵੀ ਇੱਕ ਵਾਰ 'ਚ ਚਾਰ। ਹਾਂਜੀ ਹਾਂਜੀ, ਬਹੁਤ ਬਹੁਤ ਵੱਡੀ ਕਾਮ ਹੈ ਆਪਣੇ ਪੰਜਾਬ 'ਚ। ਹਾਂਜੀ, ਸੋ ਉਹ ਤੋਂ ਵੀ ਕਿੰਨੀ ਕੁ ਉਮੀਦਾਂ ਤੁਹਾਨੂੰ, ਮਤਲਬ ਹੈਗਾ ਸਪੋਰਟ ਆਪਣੀ ਸਪੋਰਟਰਸ ਤੇ ਯਕੀਨ ਐਂਡ ਆਲ ਸਪੋਰਟ? ਮੈਂ ਇੱਥੇ ਮੰਗ ਲੈਂਦਾ ਜੀ, ਪਲੀਜ਼ ਵੋਟ ਕਰ ਦਿਓ, ਮੰਗ ਗਿਆ ਤੇ ਜ਼ਰੂਰੀ ਹੈ। 3 ਰੁਪਏ ਦੀ ਇੱਕ ਵੋਟ ਹੈ, 12 ਰੁਪਏ ਲੱਗਣੇ ਟੋਟਲ। ਅਮਾਉਂਟ ਆ ਗਿਆ ਨਾ, 12 12 ਰੁਪਏ ਕਰਕੇ ਲੈ ਜਾਓ ਕੋਈ ਚੱਕਰ ਨਹੀਂ। ਤੇ 4 ਨੇ ਜੀ, ਤੁਸੀਂ ਸਾਡੇ ਪੇਜਸ ਤੇ ਜਾਓਗੇ, ਉੱਥੇ ਫੋਟੋ ਵੀ ਹੈਗੀ ਆ, ਉੱਥੇ ਕੋਡ ਭਰੋ, SMS ਕਰੋ, ਵੋਟ ਪਾ ਦਿਓ, ਬਸ ਹੋਰ ਕੋਈ ਕੰਮ ਨਹੀਂ ਹੈ। 12 ਰੁਪਏ ਸ਼ੋਅ ਚੋਂ ਕਟਾ ਦਾਂਗੇ ਤੁਹਾਨੂੰ, ਕੋਈ ਚੱਕਰ ਨਹੀਂ। ਹਾਂਜੀ, ਚਲੋ। ਹੋਰ ਤੁਸੀਂ ਕੁਝ ਦੱਸਣਾ ਚਾਹੋਗੇ? ਉੱਥੇ ਸਟੇਜ ਤੇ ਦੱਸ ਦਿਆ, ਠੀਕ ਹੈ? ਹਾਂ, ਸਟੇਜ ਤੇ। ਥੈਂਕ ਯੂ ਸੋ ਮਚ, ਤੁਸੀਂ ਆਪਣਾ ਇੰਨਾ ਪ੍ਰੈਸ਼ੀਅਸ ਟਾਈਮ ਦਿੱਤਾ। ਨਹੀਂ, ਕੋਈ ਗੱਲ ਨਹੀਂ। ਸਟਾਰਟ ਹੋ ਗਈ। ਬੈਲੈਂਸ ਨਹੀਂ ਬੋਲਣਾ, ਬੈਲੈਂਸ ਹੋ ਗਿਆ, ਬੈਲੈਂਸ ਬੋਲਣਾ, ਠੀਕ ਹੈ? ਬੈਲੈਂਸ ਹੋ ਗਿਆ। ਅਸੀਂ ਕਾਲ ਕੌਂਟਰ ਲੱਗੇ ਆ, ਆਜੋ ਆਜੋ ਸਾਰੇ ਭੰਗੜੇ ਪਾਈਏ। ਕਿਹੜੀ ਤੇ ਪਤਾ ਨਹੀਂ। ਲੰਡਰ ਸੁਣਿਆ ਸਭ ਨੇ, ਉਹ ਨਵਾਂ ਸੱਪ ਸੁਣਾਉਣ ਲੱਗੇ, ਦਿਲ ਟੁੱਟਿਆਂ ਦੇ ਦੁੱਖ ਸਹੇ ਜਿਨ੍ਹਾਂ ਨੇ, ਉਹਨਾਂ ਵੱਲੋਂ ਲਾਂਤ ਪਾਉਣ ਲੱਗੇ।